ਸਾਡੇ ਬੱਚੇ ਨੂੰ ਵੀ ਪਤਾ ਆ ਕਿ ਵੀ ਇਹ ਹਰਿੰਦਰ ਅੰਕਲ ਦਾ ਕੀ ਸਟੈਂਡ ਆ, ਕੀ ਪੁੱਛਣ ਆ। ਬਹੁਤ ਮਾਣ ਦਿੰਦਾ ਆਪਣਾ ਜੀ 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 ਬਿਲਕੁਲ, ਉਹਨਾਂ ਨੇ ਵੀ ਬਹੁਤ ਮਾਣ ਕੀਤਾ ਜੀ, ਤੁਸੀਂ ਵੀ ਬਹੁਤ ਮਾਣ ਕੀਤਾ ਵੱਡਿਆਂ ਦਾ, ਜੋ ਤੁਹਾਡਾ ਉਤਸ਼ਾਹ ਦੇ। ਬਹੁਤ ਵਧੀਆ ਜੀ, ਬਹੁਤ ਵਧੀਆ ਦੇਖਣ ਨੂੰ ਨਜ਼ਰ ਆ ਰਿਹਾ ਜੀ। ਔਰ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਆ ਵੀ ਅੱਗੇ ਰਵਾਇਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ, ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਫਿਰ ਦੇਈਏ। ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ, ਕਿਉਂਕਿ ਲੰਮੇ ਸਮੇਂ ਤੋਂ ਸਿਸਟਮ 'ਤੇ ਦੇਖਿਆ ਹੀ ਹੈ ਲੋਕਾਂ ਨੇ, ਹੁਣ ਥੋੜ੍ਹਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ 'ਚ ਹੈ। ਬਿਲਕੁਲ ਠੀਕ ਹੈ ਜੀ, ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਕੀਤੇ ਜੀ। ਪਾਰਟੀ ਦੇ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਕਰੀਦੇ ਆ ਜੀ। ਮੇਰੀ ਸਲਿੱਪ ਕਰ ਦਿਓ ਜੀ, ਕਾਹਦੀ ਯਾਰ ਟੈਨਸ਼ਨ ਸਾਨੂੰ ਕਾਹਦੀ ਹੋਵੇ। ਇੱਕ ਪਾਸੇ ਡਿਪਟੀ CM, ਦੂਜੇ ਪਾਸੇ ਡਿਪਟੀ ਸਪੀਕਰ, ਤੀਜੇ ਪਾਸੇ ਕੈਬਨਿਟ ਮੰਤਰੀ ਰਿਹਾ, ਅਸੀਂ ਕੀ ਹਾਂ। MLA ਬਣੇ, ਲੋਕਾਂ ਨੇ ਫਤਵਾ ਦਿੱਤਾ, ਮਾਣ ਸਤਿਕਾਰ ਕੀਤਾ, ਫਿਕਰ ਤਾਂ ਇਹਨਾਂ ਨੂੰ ਹੋਵੇ ਜਿਹਨਾਂ ਦੇ ਕੱਦ ਬੜੇ ਬੜੇ ਵੱਡੇ। ਸਾਡੇ ਕੋਲ ਤਾਂ ਆਉਣਾ ਹੀ ਹੈ, ਜਾਣਾ ਕੱਖ ਨਹੀਂ ਸਾਡੇ ਕੋਲ ਕਿਹਦਾ। ਹਾਂ ਹਾਂ ਬਿਲਕੁਲ 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 ਜੀ। ਬਹੁਤ ਮਹਾਰਾਜ ਦੀ ਕਿਰਪਾ ਜੀ, ਔਰ ਮੈਨੂੰ ਮਾਣ ਵੀ ਹੈ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ, ਕਿਉਂਕਿ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ 'ਚ ਕਰ ਲੈਂਦੀ ਹੈ ਨਾ ਕੋਈ ਪਾਰਟੀ, ਫਿਰ ਉਹ ਜਾਂਦੀ ਨਹੀਂ। ਜਿਸ ਤਰ੍ਹਾਂ ਦਿੱਲੀ 'ਚ ਇੱਕ ਮੌਕਾ ਦਿੱਤਾ ਲੋਕਾਂ ਨੇ, ਉਸ ਤੋਂ ਬਾਅਦ 3 ਵਾਰੀ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ। ਔਰ ਮੈਂ ਇੱਕ ਗੱਲ ਤਾਂ ਕਲੀਅਰਲੀ ਕਹਿ ਦੇਣਾ ਚਾਹੁੰਦਾ ਵਾਂ ਵੀ ਇਹ ਜਿਹੜਾ ਆਪਾਂ ਕੰਮ ਕੀਤਾ, ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ, ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ, ਚਾਹੇ ਕੂੜੇ ਦੀਆਂ ਖਾਨਾਂ ਦੇ ਅਕੋਰਡਿੰਗ, ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ, ਜਿਹੜਾ ਕੰਮ ਕੀਤਾ ਉਹ ਕਾਬਿਲੇ ਤਾਰੀਫ਼ ਆ। ਆਪਾਂ ਰਿਪੋਰਟ ਕਾਰਡ ਲੋਕਾਂ 'ਚ ਲੈ ਕੇ ਗਏ ਹਾਂ, ਜੇ ਲੋਕ ਵੇਖਣਗੇ, ਇੱਕ ਪਾਸੇ 75 ਸਾਲ ਆ, ਇੱਕ ਪਾਸੇ 2 ਸਾਲ ਹੋਏ ਆ, ਜੇ ਦੋਵਾਂ ਸਾਲਾਂ ਦੇ ਵਿੱਚ ਇੰਨਾ ਕੰਮ ਕੀਤਾ ਆਪਾਂ, ਤਾਂ ਮੈਨੂੰ ਇੰਨਾ ਪਤਾ ਵੀ ਲੋਕਾਂ ਨੂੰ ਇਹ ਹੈ ਵੀ ਇਹੋ ਪਾਰਟੀ ਹੈ ਜਿਹੜੀ ਕੰਮ ਕਰ ਸਕਦੀ ਹੈ, ਨਹੀਂ ਤਾਂ ਹੋਰ ਨਹੀਂ। ਮੈਂ ਵੇਖੋ ਲੋਕ ਸਭਾ ਦੀ ਗੱਲ ਕਰਾਂ ਤਾਂ ਹਲਕੇ ਦੇ ਵਿੱਚੋਂ ਕੰਮ ਹੋਏ ਕਿਹੜੇ ਆ, ਜਿਨ੍ਹਾਂ ਨੂੰ ਬਣਾਇਆ, ਜੇ ਸਨੀ ਦਿਓਲ ਬਣਾਇਆ ਉਹ ਨਹੀਂ ਲੱਭਾ, ਜੇ ਕਾਂਗਰਸ ਨੂੰ ਮੌਕਾ ਦੇ ਕੇ ਵੇਖਿਆ ਤਾਂ ਉਹ ਨਹੀਂ ਲੱਭੇ। ਸੋ ਕਹਿਣ ਦਾ ਭਾਵ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਕਰਨਾ ਕੀ ਆ। ਮੈਂ ਕਿਹਾ ਜੀ ਸਾਰੇ ਰੁਕੇ ਕੰਮ ਨੇ, ਠੀਕ ਆ। ਮੈਂ ਕਹਿੰਦਾ ਵੀ ਪਰਮਾਤਮਾ ਬਲ ਬਖਸ਼ੇ, ਸਭ ਤੋਂ ਪਹਿਲਾਂ ਜਿਹੜੇ ਮੇਨ ਕੰਮ ਆ ਜਿਹੜੇ ਉਹਨਾਂ ਨੂੰ ਤਰਜੀਹ ਦੇ ਕੇ, ਚਾਹੇ